पटियाला में रोजाना कोविड 19 के मामले लगातार बढ़ते जा रहे हैं, जिसके चलते प्रशासन की तरफ से कई इलाकों को कंटेनमेंट जोन बना दिया गया है। इसी प्रकार पटियाला के रघु माजरा इलाके में कोरोना पॉजिटिव की संख्या बढ़ने से सेहत विभाग की तरफ से सारे इलाके को बंद कर दिया गया है, जिसके चलते इलाके के दुकानदारों की तरफ से पंजाब सरकार और पटियाला प्रशासन के खिलाफ जमकर नारेबाजी की गई। दुकानदारों का कहना है कि हमारी मार्केट में कोई भी कोरोना पॉजिटिव केस नहीं है, फिर भी हमारी दुकानों को बंद करवा दिया गया है। ਨਾਲ ਤੁਰਦੇ ਆਏ ਹਾਂ ਅੱਜ ਤੱਕ, ਲੇਕਿਨ ਕਾਰਨ ਕੀ ਹੈ ਵੀ ਹੁਣ 300 ਦੁਕਾਨਦਾਰ ਆ, ਸਾਡਾ ਕੋਈ ਰੋਲ ਨਹੀਂ ਲੈਣਾ ਨਹੀਂ ਦੇਣਾ ਨਹੀਂ। ਜਿੱਥੇ ਤੁਹਾਨੂੰ ਕੋਈ ਹੈ ਗਲੀ ਹੈ ਮੁਹੱਲਾ ਉੱਥੇ ਤੁਸੀਂ ਬੈਰੀਕੇਡ ਲਾ ਦਿਓ, ਕੋਈ ਰੋਕਦਾ ਨਹੀਂ। ਸਾਡੇ ਦੁਕਾਨਦਾਰਾਂ ਦਾ ਕਿਆ ਕਸੂਰ ਹੈ, ਪਹਿਲਾਂ ਹੀ ਅਸੀਂ ਤਾਂ ਮਰੇ ਪਏ ਹਾਂ। ਕੁਝ ਕਰੋਨਾ ਨੇ ਮਾਰਤੇ, ਕੁਝ ਮੰਦੇ ਨੇ ਮਾਰਤੇ, ਕੁਝ ਜੀਐਸਟੀ ਨੇ ਮਾਰਤੇ, ਨੋਟਬੰਦੀ ਨੇ ਮਾਰਤੇ। ਜੇ ਹੁਣ ਮਾੜਾ ਜਿਹਾ ਕੰਮ ਦਾ ਹਿਸਾਬ ਕਿਤਾਬ ਬਣਨ ਲੱਗਿਆ ਜੀ ਰੱਖੜੀ ਤੋਂ, ਇਹਨਾਂ ਨੇ ਆਹ ਕੰਮ ਕਰਤਾ, ਹੁਣ ਤੁਸੀਂ ਦੱਸੋ ਵੀ ਅਸੀਂ ਕਿੱਥੇ ਜਾਵਾਂਗੇ। ਹੁਣ ਤੱਕ ਕੋਈ ਪ੍ਰਸ਼ਾਸਨ ਦਾ ਬੰਦਾ ਆਇਆ ਤੁਹਾਨੂੰ? ਕੋਈ ਨਹੀਂ ਮਿਲਣ ਆਇਆ ਜੀ, ਕਿਹੜਾ ਪ੍ਰਸ਼ਾਸਨ, ਕੋਈ ਪ੍ਰਸ਼ਾਸਨ ਨਹੀਂ ਮਿਲਣ ਆਇਆ। ਪ੍ਰਸ਼ਾਸਨ ਦੀ ਤਾਂ ਗੱਲ ਹੈ, ਕਿੰਨੀ ਦੇਰ ਤੱਕ ਚੱਲੇਗਾ ਧਰਨਾ? ਧਰਨਾ ਦੇ ਅਸੀਂ ਤਾਂ ਬੈਠਾਂਗੇ ਜੀ, ਹਾਲੇ ਤਾਂ ਸਾਡਾ ਬਾਜ਼ਾਰ ਪੂਰਾ ਆਇਆ ਨਹੀਂ। 300 ਦੁਕਾਨਦਾਰ ਹਾਂ ਅਸੀਂ, 300 ਦੁਕਾਨਦਾਰਾਂ ਦੇ ਵਿੱਚੋਂ ਹਾਲੇ ਤਾਂ ਅਸੀਂ ਤਾਂ ਟ੍ਰੈਫਿਕ ਜਾਮ ਕਰਾਂਗੇ ਜੇ ਸਾਡਾ ਨਾਂ ਇਹਨਾਂ ਨੇ ਕੋਈ ਹਿਸਾਬ ਕਿਤਾਬ ਪੜਾਇਆ। ਅਸੀਂ ਪ੍ਰਸ਼ਾਸਨ ਦੇ ਨਾਲ ਹਾਂ, ਕੋਈ ਇਹ ਪ੍ਰਸ਼ਾਸਨ ਦੇ ਸਾਡਾ ਬਰਖਲਾਫ ਕੋਈ ਨਹੀਂ ਗਾ, ਪ੍ਰਸ਼ਾਸਨ ਤੋਂ ਬਰਖਲਾਫ ਅਸੀਂ ਬਿਲਕੁਲ ਨਹੀਂ ਤੁਰਦੇ। ਪਰ ਇਹ ਵੀ ਸਾਡਾ ਕਸੂਰ ਦੱਸੋ ਸਾਨੂੰ ਕੀ, 300 ਦੁਕਾਨਦਾਰਾਂ ਦਾ ਰੋਟੀ ਕੌਣ ਚਲਾਏਗਾ? ਵਾਸਤੇ ਕੌਣ ਖੜੇਗਾ ਸਾਡੇ ਨਾਲ? ਸਾਨੂੰ ਤਾਂ ਪਹਿਲਾਂ ਹੀ ਨਹੀਂ ਦੁਖੀ ਕੀਤਾ ਹੋਇਆ, ਬਿਜਲੀ ਦੇ ਬਿੱਲ ਸਾਡੇ ਭਰਨ ਵਾਲੇ ਨੇ, ਰੋਟੀਆਂ ਵਾਸਤੇ ਅਸੀਂ ਤੰਗ ਹੋ ਰਿਹਾ। ਪਟਿਆਲਾ ਸੇ ਪ੍ਰੀਤ ਰੰਧਾਵਾ ਕੀ ਰਿਪੋਰਟ, ਲਾਈਵ ਭਾਰਤ।